1984 ਮਾਮਲਿਆਂ ਦੇ ਦੋਸ਼ੀ ਸੱਜਣ ਕੁਮਾਰ ਨੇ ਸੁਪਰੀਮ ਕੋਰਟ ਦਾ ਕੀਤਾ ਰੁੱਖ, ਹਾਈ ਕੋਰਟ 'ਚੋਂ ਮਿਲੀ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਪਾਈ ਪਟੀਸ਼ਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚ ਕੀਤਾ ਰਾਜੀਵ ਗਾਂਧੀ ਨੂੰ ਭਾਰਤ ਰਤਨ ਦੇਣ ਦਾ ਮਤਾ ਪਾਸ। 1984 ਮਾਮਲਿਆਂ ਨੂੰ ਲੈ ਕੇ ਬਾਅਦ 'ਚ ਆਪਣੇ ਹੀ ਬਿਆਨਾਂ ਤੋਂ ਪਲਟੀ ਆਮ ਆਦਮੀ ਪਾਰਟੀ, ਪਾਸ ਕੀਤਾ ਮਤਾ ਕੀਤਾ ਰੱਦ। ਬਿਕਰਮ ਮਜੀਠੀਆ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ, ਕਿਹਾ ਪੰਚਾਇਤੀ ਚੋਣਾਂ ਕਰਵਾ ਕੇ ਪੰਜਾਬ ਸਰਕਾਰ ਸਿਰਫ ਲੋਕਤਾਂਤਰਿਕ ਹੋਣ ਦਾ ਕਰ ਰਹੀ ਹੈ ਦਿਖਾਵਾ। ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਅਟਾਰੀ ਬਾਘਾ ਬਾਰਡਰ 'ਤੇ ਲੱਗੇ ਮੂਸਾ ਦੇ ਪੋਸਟਰ। ਐਮਾਜ਼ੋਨ ਕੰਪਨੀ ਦੇ ਖਿਲਾਫ਼ ਪੰਜਾਬ 'ਚ ਵਧਿਆ ਗੁੱਸਾ, ਲੁਧਿਆਣਾ 'ਚ ਅਕਾਲੀ ਦਲ ਨੇ ਕਰਵਾਏ ਐਮਾਜ਼ੋਨ ਕੰਪਨੀ ਦੇ ਦਫ਼ਤਰ ਬੰਦ।